एक निकदर इंसान अते विद्या दे दानी सरदार शरणजीत सिंह हुंदल बीते दिनी अपनी स्वासन दी पूंजी नूं भोगदे होए प्रभु चरणा विच जा विराजे। उन्हां दी आत्मिक शांति लई अंतिम अरदास उन्हां दे गृह विखे समूह परिवार वल्लों कीती गई। इस मौके रागी सिंघां वल्लों विरागमय कीर्तन करके आईआं संगतां नूं प्रभु चरणा नाल जोड़िया गया। देहो सजन आसी सड़िया जो हो साहिब सो मेल, देहो सजन आसी सड़िया जो हो साहिब सो मेल, देहो सजन आसी सड़िया जो हो साहिब सो मेल। जय कर कीरत आती है जयकार कीरत आखिए करते का होए विचारो, जयकार कीरत आखिए करते का होए विचारो, इत कर का अंत विच उन्हां नूं श्रद्धा दे फुल भेंट कीते गए। साडे इलाके दा सरमाया सी और पिंड नौने दे किसे भी दुख सुख विच हमेशा ही रात दिन हर एक गरीब अमीर दा साथ देण वाली ओह शख्सियत जिहड़ी अज साडे विच विराजमान नहीं, बहुत जिथे इह घाटा परिवार नूं पिया नाल दी नाल परिवार नूं तां घाटा इह पिया ही पिया, पर जेड़ा ये इलाके नूं घाटा पिया सरदार शरणजीत सिंह जी होणा दा उह कदे भी पूरा नहीं हो सकता। उह हमेशा ही साडे इलाके दे लागले लागले पिंडां विच बतौर टीचर मुख अध्यापक सेंटर हैड टीचर दीआं पोस्टां दे रहे, उन्हां ने अपनी ड्यूटी नूं बहुत ही तनदेही नाल टाइम नाल जिम्मेवारी नाल निभाया और
ਕਿਸੇ ਨਾਲ ਕੋਈ ਐਸੀ ਕੋਈ ਠੱਗੀ ਕੋਈ ਦਿਲ ਦਿਖਾਊ ਗੱਲ ਮੈਂ ਨਹੀਂ ਜਾਣਦਾ ਕਿ ਸਰਦਾਰ ਸ਼ਰਨਜੀਤ ਸਿੰਘ ਜੀ ਹੋਣਾ ਨੇ ਆਪ ਸਾਹਿਬ ਇੱਥੇ ਬੈਠੇ ਹੋ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਇਹ ਕੋਈ ਝੂਠ ਨਹੀਂ ਬੋਲਾਂਗਾ ਕਿ ਇਹਦੀ ਸਾਫ਼ ਸੁਥਰੀ ਸ਼ਖਸੀਅਤ ਇਲਾਕੇ ਚੋਂ ਚਲੇ ਜਾਣੀ ਵਾਕਿਆ ਜਿੱਥੇ ਪਰਿਵਾਰ ਲਈ ਬਹੁਤ ਹੀ ਇਹ ਘਾਟੇ ਦੀ ਗੱਲ ਹੈ ਜੋ 1970 ਦੇ ਵਿਚ ਇਹਦੀ ਸ਼ਾਦੀ ਹੋਈ 1973 ਦੇ ਵਿਚ ਇਹ ਵਿਆਪਕ ਲੱਗੀ ਪਿੰਡ ਵਿਚ ਹੀ 2-3 ਸਾਲ ਪੜਾ ਕੇ ਅਲਾਗੇ ਹੀ ਤੁਹਾਡੇ ਬਟਾਲਾ ਹੈ ਜਿੱਥੇ ਸਾਰੇ ਸਰਸ ਬਟਾਲੇ ਲੱਗੀ ਔਰ ਹੈਰਾਨਗੀ ਦੀ ਗੱਲ ਹੈ ਉੱਥੇ ਕੋਈ ਸਟਾਫ ਦਾ ਅਹੁਦੇਦਾਰ ਕੋਈ ਚੈੱਕਰ ਨਹੀਂ ਆਇਆ ਉੱਥੇ ਸੰਗੀਤ ਹੈਗਾ ਹੀ ਉਹਨੂੰ ਪਤਾ ਜ਼ਿੰਮੇਵਾਰ ਹੈਗਾ ਹੀ ਹੈ ਹੋਰ ਨਾਲ 3-4 ਪਿੰਡ ਮਿਲਾ ਕੇ 6 ਸਕੂਲਾਂ ਦੇ ਇੰਚਾਰਜ ਇਹਨੂੰ ਪੜਾਇਆ ਔਰ ਸਾਰੀ ਸਰਸ ਬੜੇ ਪਿਆਰ ਸਤਿਕਾਰ ਦੇ ਨਾਲ ਲਾਗੇ ਹੀ ਬਟਾਲੇ ਉੱਥੇ ਰਿਟਾਇਰ ਹੋਏ 2005 ਦੇ ਵਿਚ ਰਿਟਾਇਰ ਹੋਏ ਹੁਕਮੇ ਅੰਦਰ ਸਾਹਿਬ ਤੋਂ ਬਾਹਰ ਹੁਕਮ ਨਾ ਕੋਏ ਦੇ ਮਾਂ ਬਾਪ ਅਨੁਸਾਰ ਸਰਦਾਰ ਮਾਸਟਰ ਸਰਨਜੀਤ ਸਿੰਘ ਜੀ ਜੋ ਪਰਮੇਸ਼ਰ ਦੇ ਪਾਣੇ ਅਨੁਸਾਰ ਕੁਝ ਦਿਨ ਪਹਿਲਾਂ ਇਸ ਦੁਨੀਆਂ ਤੋਂ ਫਾਨੀ ਸੰਸਾਰ ਤੋਂ ਜਾ ਚੁੱਕੇ ਸਨ ਸੋ ਉਹਨਾਂ ਦੇ ਅੱਜ ਸੋਗਮਈ ਸਵਾਗਤ ਸ਼ਖਸੀਅਤਾਂ ਸਮੂਹ ਸਤਸੰਗ ਦੇ ਰੂਪ ਵਿੱਚ ਬੈਠੀਆਂ ਸੋ ਸਰਦਾਰ ਸਰਨਜੀਤ ਸਿੰਘ ਜੀ ਮਾਸਟਰ ਜਿਨ੍ਹਾਂ ਨੇ ਪਹਿਲਾਂ ਬਤੌਰ ਸਕਾਟ ਕੰਪਨੀ ਦੇ ਵਿੱਚ ਮੈਨੇਜਰ ਦੇ ਤੌਰ ਤੇ ਜੋ ਨੌਕਰੀ ਕੀਤੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਰਿਸ਼ਤੇਦਾਰਾਂ ਦਾ ਦੋਸਤ ਮਿੱਤਰਾਂ ਦਾ ਸਭ ਸਾਕ ਸੰਬੰਧੀਆਂ ਦਾ ਇਕੱਠ ਇੱਥੇ ਹੋਇਆ ਹੈ ਸਰਦਾਰ ਸਰਨਜੀਤ ਸਿੰਘ ਇੱਕ ਪੜ੍ਹੇ ਲਿਖੇ ਰੁਝੇ ਹੋਏ ਨੇਕ ਇਨਸਾਨ ਸਨ ਆਪਣੀ ਇੱਕ ਵੱਖਰੀ ਪਰਸਨੈਲਿਟੀ ਦੇ ਸਾਡਾ ਉਹਨਾਂ ਨਾਲ ਰਾਬਤਾ ਕਾਫੀ ਸਾਲ ਪਹਿਲਾਂ ਹੋਇਆ ਸੀ ਸਾਡੇ ਇਲਾਕੇ ਵਿੱਚ 21ਵੀਂ ਸਦੀ ਦੇ ਮਹਾਨ ਸ਼ਹੀਦ ਸਰਦਾਰ ਦਰਸ਼ਨ ਸਿੰਘ ਜੀ ਫੇਰੂ ਮਾਨ ਦੇ ਨਾਂ ਤੇ ਜਹੇਦਾਰ ਸੋਹ ਸਿੰਘ ਜੀ ਜਲਾਲਸਮਾਨ ਨੇ ਟਰੱਸਟ ਬਣਾਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੇ ਸਤਸੰਗ ਜੀਓ ਬੰਦੇ ਦੀ ਸੰਗ ਪਾਓ ਬੰਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਰਿਵਾਰਕ ਮੈਂਬਰ ਰਿਸ਼ਤੇਦਾਰ ਸੱਜਣ ਸਨੇਹੀ ਇਲਾਕਾ ਨਿਵਾਸੀ ਸਭ ਇਕੱਠੇ ਹੋ ਕੇ ਸਰਦਾਰ ਸਰਨਜੀਤ ਸਿੰਘ ਜੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ ਇਹ ਇੱਕ ਅਟਲ ਸੱਚਾਈ ਹੈ ਕਿ ਜੋ ਜੀ ਇਸ ਦੁਨੀਆਂ ਤੇ ਆਉਂਦਾ ਹੈ ਉਹਨੇ ਜਾਣਾ ਜ਼ਰੂਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਲੀ ਜੋ ਇਹ ਦੁਨੀਆਂ ਤੇ ਆਇਆ ਉਹਨੇ ਇੱਥੋਂ ਜਾਣਾ ਹੈ ਕੋਸ਼ਿਸ਼ ਕਰਨਾ ਹੈ ਇਹ ਗੱਲ ਸੱਚਾਈ ਹੈ ਇਸ ਕਰਕੇ ਇਹ ਉਹਦਾ ਹੁਕਮ ਗੁਰੂ ਹੁਕਮ ਪਰਮਾਤਮਾ ਦਾ ਮੰਨਣਾ ਪੈਂਦਾ ਹੈ ਸੋ ਸਾਡੇ ਵੀਰ ਨੇ ਜਿਹੜਾ ਆਪਣਾ ਸਮਾਂ ਜ਼ਿੰਦਗੀ ਦਾ ਬਹੁਤ ਵਧੀਆ ਨਿਭਾਇਆ ਔਰ ਸਦਾ ਆਪਾਂ ਦੀ ਯਾਦ ਰੱਖਦੇ ਸਤਾਰੀਓ ਸਤਸੰਗ ਜੀ ਹਰ ਬੰਦਾ ਜਾਣਦਾ ਹਰ ਪ੍ਰਾਣੀ ਜਾਣਦਾ ਕਿ ਇੱਥੋਂ ਇੱਕ ਦਿਨ ਜਾਣਾ ਪਰ ਫਿਰ ਆਪਾਂ ਇਹਨੂੰ ਮੰਨਦੇ ਜਦੋਂ ਪ੍ਰਕਾਸ਼ਿਤ ਦੁਨੀਆਂ ਦੇ ਰੁੱਖ ਆਉਂਦਾ ਦੋ ਵੈਰੀ ਕਰਦਾ ਪਰਮਾਤਮਾ ਨੂੰ ਨਹੀਂ ਭੁੱਲਾਂਗਾ ਮੌਤ ਨੂੰ ਨਹੀਂ ਸਾਰਾਂਗਾ ਪਰ ਇੱਥੇ ਆ ਕੇ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਅੱਜ ਜ਼ਮਾਨੇ ਦੇ ਵਿੱਚ ਕਿ ਆਪਾਂ ਦੋਵੇਂ ਚੀਜ਼ਾਂ ਭੁੱਲ ਜਾਂਦੇ ਇਹ ਜਿਹੜਾ ਇਸ ਟੀਮ ਬਣਿਆ ਮੈਂ ਦੱਸਦਾ ਹੁੰਦਾ ਜੇ ਘਰ ਆਈ ਘਰ ਨਜ਼ਰ ਨਾ ਆਵੇ ਤੇ ਘਰ ਹੀ ਵਚਨ ਨੂੰ ਪੈਂਦਾ ਤੇ ਜੇ ਬੰਦਾ ਨਿਰਾ ਹੋ ਜਾਏ
पत्नी बच्चिया परिवार रिश्तेदार बहुत वड्डा घाटा पिया हजूरी अज एक बहुत ही रागमई समागम इकट्ठा हुई गुरु रूप पातशाह जी आओ नवाइया सच्चे पातशाह जी हाथ कट के वाहेगुरु जी का खालसा वाहेगुरु जी की फतह मंडल खाए मंडल मिला देखो बंदा चलिया फरीदा अमल जी की दुनिया के आए साढ़े बहुत ही सत्कार जो उच्च शख्सियत के मालक मुख अध्यापक सरदार शरणजीत सिंह जी जो अज इस दुनिया को अलविदा कह के चले गए पिछे छड़ के निकलियां जाता मरना लिखाए मंजिल में आए मरना सच के जीना जी पता नहीं सिद्धा जेड़ा भी पुरानी संसार से आया वाहेगुरु की बख्शिश की से स्वासा की बूंदी होके बिल तुर जाए यह सिर्फ इना गया कि पता नहीं कदों किवें ते किथे अंत समा आना जदों इंसान इस संसार से आउंदा तो जिवें जिवें उह संसार से विचरदा अपने जीवन का खुद एक सर्टिफिकेट बन जाता जदों तुर जाता तो जिथे चार शरीर इकट्ठे होंदे आ फिर उहदे बारे दे के गल्लां जिथों तक वीर सरबजीत सिंह ते सर्टिफिकेट की गल है जिन्ना सोहना सुनखा पढ़िया लिखिया उदों वक्त ਅਸੂ ਅਸੂ ਕਰਦਾ ਕਿਹੜਾ ਸਰਦਾਰ ਸਰਬਜੀਤ ਸਿੰਘ ਜੀ ਹੁੰਦਲ ਉਹਨਾਂ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਗੋਦ ਵਿਚ ਵਿਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਲਿਖਾਏ ਮੰਡਲ ਮੇ ਆਏ ਜੋ ਪ੍ਰਾਣੀ इस संसार विच आउंदा है उसका इस संसार तो जाना पहला ही तय हो जाता है और सिख इतिहास का आप जिक्र करिए 84 लाख जून तो बाद यह मानस जन्म मिलता है अच्छी उन्होंने परिवार रिश्तेदार उन्होंने दोस्त सज्जन उन्होंने महकमे के टीचर साहबान मेरे ट्रस्ट के मैंबर साहबान टीचर साहबान जिन्होंने इतने आने के साथ दुख साझा किया मैं उन्होंने बहुत धन्यवादी हूं। शरणजीत सिंह नूरिया के जीवन बारे उन्होंने कामों बारे बुलारे ने बहुत चरना पाया। शरणजीत सिंह नूरे एक सच्ची सुची शख्सियत सन जिन्होंने जिथे भी गए उथे नेकी का बूटा लाया साढ़े वो ट्रस्ट के मैंबर साहबान सन उन्होंने बच्चे अमनजीत नवजीत उन्होंने वाइफ मैं समझा कि अमनजीत नवजीत हूं तक ही वह मुड़ी ना ला छड़िया क्यों बड़े प्यारे बच्चे सन बड़ी मेहनत की उन्होंने अपने महकमे की चंकी सर्विस की ड्यूटी ना गए ड्यूटी ना आए टाइम ना गए टाइम ना आए बहुत नेक नीति ना काम किया अंतम समय हेड टीचर रिटायर हुए और पिंड च आके लोगों के काम धंधे भी किए